ਹੈਲੋ ਐਵਰੀਵਨ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿਕਟੀਵੇ ਤੇ। ਫਰੈਂਡਸ, ਅੱਜ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਅਫਸਰ ਸੀਰੀਜ਼। ਇਹ ਤੁਹਾਡੇ ਪੰਜਾਬ ਦੇ ਸਾਰੇ ਕੰਪੀਟੀਟਿਵ ਐਗਜ਼ਾਮ ਲਈ ਹੋਏਗੀ। ਇਸ ਦੇ ਵਿੱਚ ਆਪਾਂ ਸਾਰੇ ਮੋਸਟ ਇੰਪੋਰਟੈਂਟ ਮਿਕਸ MCQ ਕਰਾਂਗੇ ਜੋ ਕਿ ਪਿਛਲੇ ਪੇਪਰਾਂ ਦੇ ਵਿੱਚ ਦੇਖੇ ਜਾ ਚੁੱਕੇ ਨੇ। ਠੀਕ ਹੈ ਜੀ, ਇਹ ਕਲਾਸ ਤੁਹਾਡੀ ਪੰਜਾਬ ਪੁਲਿਸ ਸੀਨੀਅਰ, ਪੰਜਾਬ ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ ਸਬ ਇੰਸਪੈਕਟਰ, PPSC, PSSB ਦੇ ਸਾਰੇ ਇਗਜ਼ਾਮਾਂ ਲਈ ਬਹੁਤ ਮਹੱਤਵਪੂਰਨ ਰਹੇਗੀ। ਠੀਕ ਹੈ ਜੀ, ਇਸ ਦੇ ਵਿੱਚ ਅੱਜ ਆਪਾਂ ਮਿਕਸ MCQ ਦੇਖਾਂਗੇ। ਠੀਕ ਹੈ ਜੀ, ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਜੀ ਅੱਜ ਦੀ ਆਪਣੀ ਕਲਾਸ ਵੱਲ। ਜੇਕਰ ਇਸ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਆਫਲਾਈਨ ਜੁੜਨਾ ਚਾਹੁੰਦੇ ਹੋ ਤਾਂ ਠੀਕ ਹੈ ਜੀ, ਜੁੜ ਸਕਦੇ ਹੋ। 3 ਅਪ੍ਰੈਲ ਨੂੰ ਪੰਜਾਬ ਪੁਲਿਸ ਕਾਂਸਟੇਬਲ ਦਾ ਸਪੈਸ਼ਲ ਬੈਚ ਸ਼ੁਰੂ ਹੋਣ ਜਾ ਰਿਹਾ। ਇਹ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਨੇੜੇ ਬੱਸ ਸਟੈਂਡ, ਪੰਜਾਬ ਨੈਸ਼ਨਲ ਬੈਂਕ ਮੇਨ ਬ੍ਰਾਂਚ ਫਰੀਦਕੋਟ, ਦਿੱਤੇ ਹੋਏ ਨੰਬਰਾਂ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਠੀਕ ਹੈ ਜੀ, ਚੱਲਦੇ ਹਾਂ ਜੀ ਆਪਣੀ ਕਲਾਸ ਵੱਲ। ਅੱਜ ਦੀ ਕਲਾਸ ਦਾ ਪਹਿਲਾ ਕੁਸ਼ਚਨ ਕੀ ਹੈ ਜੀ? ਕਲੋਰੋਫਾਰਮ ਬਣਾਉਣ ਵਿੱਚ ਵਰਤੀ ਜਾਣ ਵਾਲੀ ਗੈਸ ਦਾ ਨਾਮ ਦੱਸੋ। ਨੇਮ ਦੀ ਗੈਸ ਵਿਚ ਇਜ਼ ਯੂਸਡ ਇਨ ਮੇਕਿੰਗ ਕਲੋਰੋਫਾਰਮ। ਠੀਕ ਹੈ ਜੀ, ਕਿਹੜੇ ਕਿਹਦੇ ਨਾਲ ਕਲੋਰੋਫਾਰਮ ਬਣਾਉਣ ਲਈ ਬਣਾਈ ਜਾਂਦੀ ਹੈ ਜੀ, ਕਿਹੜੀ ਗੈਸ ਨਾਲ ਬਣਾਈ ਜਾਂਦੀ ਹੈ ਜੀ, ਦੱਸੋ ਜੀ ਕੀ ਆਂਸਰ ਦਓਗੇ? ਆਪਸ਼ਨ ਡੀ, ਮਥੇਨ। ਕੀ ਆਂਸਰ ਆ ਜਾਏਗਾ ਜੀ? ਆਪਸ਼ਨ ਡੀ, ਮਥੇਨ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਅਗਲੇ ਕੁਸ਼ਚਨ ਵੱਲ। ਬਾਲ ਪੈਨ ਵਰਕਸ ਔਨ ਦੀ ਪ੍ਰਿੰਸੀਪਲ ਆਫ, ਬਾਲ ਪੈਨ ਦੇ ਸਿਧਾਂਤਾਂ ਤੇ ਕੰਮ ਕਰਦਾ ਹੈ। ਬਾਲ ਪੈਨ ਕਿਸ ਦੇ ਸਿਧਾਂਤਾਂ ਤੇ ਕੰਮ ਕਰਦਾ ਹੈ, ਕਾਹਦੇ ਤੇ ਕਰਦਾ ਜੀ? ਬਾਲ ਪੈਨ ਕਰਦਾ ਜੀ ਕੈਪਲਰੀ ਐਂਡ ਸਰਫੇਸ ਟੈਂਸ਼ਨ। ਆਪਸ਼ਨ ਏ ਇਜ਼ ਕਰੈਕਟ ਆਂਸਰ, ਕੈਪਲਰੀ ਐਂਡ ਸਰਫੇਸ ਟੈਂਸ਼ਨ ਤੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ ਅਗਲੇ ਕੁਸ਼ਚਨ ਵੱਲ। ਵਿਚ ਸਟੇਟਮੈਂਟ ਆਰ ਕਰੈਕਟ, ਵਿਚ ਸਟੇਟਮੈਂਟ ਆਰ ਕਰੈਕਟ। ਪਹਿਲਾ ਹੈਗਾ ਜੀ, ਦ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਪਾਸਡ ਇਨ 1986, ਦੀ ਬਾਇਓਡਾਇਵਰਸਿਟੀ ਐਕਟ ਪਾਸਡ ਇਨ 2002, ਦੀ ਫੋਰੈਸਟ ਕੰਜ਼ਰਵੇਸ਼ਨ ਐਕਟ ਪਾਸਡ ਇਨ 1980। ਠੀਕ ਹੈ ਜੀ, ਇਸ ਦਾ ਆਂਸਰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਕਲਾਸ ਤੁਹਾਡੀ ਗਰੁੱਪ ਬੀ ਦੇ ਐਗਜ਼ਾਮਸ ਲਈ ਮੈਂ ਟਾਰਗੇਟ ਰੱਖ ਕੇ ਇਹ ਕਲਾਸ ਫਰੇਮ ਕੀਤੀ ਗਈ ਹੈ। ਠੀਕ ਹੈ ਜੀ, ਇਹ ਕਲਾਸ ਦਾ ਵਿੱਚ ਤੁਸੀਂ ਸਬ ਇੰਸਪੈਕਟਰ, PSSB ਦੇ ਸੀਨੀਅਰ ਅਸਿਸਟੈਂਟ ਜਿੰਨੇ ਵੀ ਐਗਜ਼ਾਮ ਨੇ, PPSC ਦੇ ਜਿੰਨੇ ਵੀ ਐਗਜ਼ਾਮ ਨੇ, ਇਸ ਦੇ ਇਲਾਵਾ ਪੰਜਾਬ ਪੁਲਿਸ ਕਾਂਸਟੇਬਲ ਦੇ ਐਗਜ਼ਾਮ ਲਈ ਵੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਠੀਕ ਹੈ ਜੀ, ਇਸ ਦਾ ਆਂਸਰ ਕੀ ਆ ਜਾਏਗਾ? ਇਸ ਦਾ ਆਂਸਰ ਆ ਜਾਏਗਾ ਆਪਸ਼ਨ ਸੀ, ਤਿੰਨੋਂ ਕਰੈਕਟ ਨੇ। ਠੀਕ ਹੈ ਜੀ, ਜਿਹੜਾ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਸੀਗਾ ਕਦੋਂ ਪਾਸ ਹੋਇਆ ਸੀਗਾ? 1980 ਦੇ ਵਿੱਚ। ਬਾਇਓਡਾਇਵਰਸਿਟੀ ਐਕਟ ਪਾਸ ਕਦੋਂ ਕਦੋਂ ਹੋਇਆ ਜੀ? 2002 ਦੇ ਵਿੱਚ। ਫੋਰੈਸਟ ਕੰਜ਼ਰਵੇਸ਼ਨ ਐਕਟ ਪਾਸ ਕਦੋਂ ਹੋਇਆ ਜੀ? 1980 ਦੇ ਵਿੱਚ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਵਿਚ ਸਟੇਟਮੈਂਟ ਆਰ ਕਰੈਕਟ, ਅਲਾਮਤੀ ਡੈਮ ਇਜ਼ ਸਿਚੁਏਟਡ ਇਨ ਔਨ ਕ੍ਰਿਸ਼ਨਾ ਰਿਵਰ, ਉਰੀ ਡੈਮ ਇਜ਼ ਔਨ ਆ ਚਨਾਬ ਰਿਵਰ। ਕਹਿਣ ਦਾ ਮਤਲਬ ਕਿ ਜਿਹੜਾ ਅਲਾਮਤੀ ਡੈਮ ਸਿਚੁਏਟਡ ਇਨ ਕ੍ਰਿਸ਼ਨਾ ਰਿਵਰ ਤੇ ਉੱਥੇ ਸਿਚੁਏਟਡ ਆ, ਜਿਹੜਾ ਉਰੀ ਡੈਮ ਆ ਉਹ ਚਨਾਬ ਰਿਵਰ ਤੇ ਸਿਚੁਏਟਡ ਆ, ਇਹਨਾਂ ਦੋਨਾਂ ਵਿੱਚੋਂ ਸਹੀ ਕਿਹੜਾ ਗਾ? ਇਹਨਾਂ ਦੋਨਾਂ ਵਿੱਚੋਂ ਸਹੀ ਕਿਹੜਾ ਜੀ? ਇਹਨਾਂ ਚੋਂ ਸਹੀ ਹੈਗਾ ਜੀ ਆਪਸ਼ਨ ਬੀ, ਓਨਲੀ ਵਨ ਇਜ਼ ਕਰੈਕਟ ਆਂਸਰ। ਓਨਲੀ ਕਿਹੜਾ ਅਲਾਮਤੀ ਡੈਮ ਆ ਜਿਹੜਾ, ਉਹ ਕਿਹੜੀ ਰਿਵਰ ਤੇ ਸਿਚੁਏਟਡ ਆ ਜੀ? ਕ੍ਰਿਸ਼ਨਾ ਰਿਵਰ ਤੇ। ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਉਰੀ ਡੈਮ ਕਿਹੜੀ ਰਿਵਰ ਤੇ ਸਿਚੁਏਟਡ ਆ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਸਿਲੈਕਟ ਦੀ ਬੈਸਟ ਅਲਟਰਨੇਟਿਵ, ਐਂਟੀਸਪੈਟਿਕ ਹੈਗਾ ਕਿ ਜਰਮਸ ਨਾਲ ਰਿਲੇਟਡ ਆ, ਐਂਟੀਟੋਟ ਕਿਹਦੇ ਨਾਲ ਰਿਲੇਟਡ ਹੋਏਗਾ ਜੀ?
ਐਂਟੀਸਪੇਟਿਕ ਦੇ ਨਾਲ, ਐਂਟੀਸਪੇਟਿਕ ਮਤਲਬ ਕੋਈ ਆਪਣੇ ਸੱਟ ਵੱਜ ਜਾਂਦੀ ਹੈਗੀ ਹੈ ਨਾ ਜੀ, ਉਹਦੇ ਤੇ ਜਦੋਂ ਕੋਈ ਸੱਟ ਵੱਜਦੀ ਉਹਦੇ ਤੇ ਜਰਮ ਪੈਦਾ ਹੋ ਜਾਂਦੇ ਹੈਗੇ, ਠੀਕ ਹੈ ਜੀ, ਜਰਮ ਪੈਦਾ ਹੋ ਜਾਂਦੇ ਉਹਦੇ ਤੇ ਆਪਾਂ ਜੋ ਐਂਟੀਸਪੇਟਿਕ ਲਾਉਂਦੇ ਆ ਉਹ ਮਰ ਜਾਂਦੀ ਹੈ। ਐਂਟੀਸਪੇਟਿਕ ਦਾ ਮਤਲਬ ਹੁੰਦਾ ਕੋਈ ਵੀ ਦਵਾਈ ਜਿਹੜੀ ਜਿਹਦੇ ਨਾਲ ਉਹ ਜਰਮਸ ਮਰ ਜਾਂਦੇ ਹਨ। ਉਵੇਂ ਹੀ ਐਂਟੀਟੋਡ ਕੀ ਹੈ ਜੀ, ਐਂਟੀਟੋਡ ਦਾ ਕੀ ਆਊਗਾ ਜੀ, ਇੱਥੇ ਕੀ ਆਊਗਾ, ਵਾਊਂਡ ਆਊਗਾ, ਅਲਰਜੀ ਆਊਗਾ, ਇਨਫੈਕਸ਼ਨ ਆਊਗਾ, ਕੀ ਆਊਗਾ ਜੀ ਦੱਸੋ, ਕੀ ਆਊਗਾ ਇਹਦਾ ਆਂਸਰ ਆਜੂਗਾ ਜੀ, ਪੋਇਜ਼ਨ ਆਜੂਗਾ ਇਹਦਾ ਆਂਸਰ। ਜਦੋਂ ਕੋਈ ਆਪਾਂ ਪੋਇਜ਼ਨ ਪੀਂਦੇ ਹਾਂ, ਪੋਇਜ਼ਨ ਜਦੋਂ ਆਪਣੇ ਸੱਪ ਲੜ ਜਾਂਦਾ ਜਾਂ ਕੁਛ ਵੀ ਹੋ ਜਾਂਦਾ, ਉਦੋਂ ਆਪਾਂ ਐਂਟੀਟੋਡ ਵਰਤਦੇ ਹਾਂ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ, ਆਪਸ਼ਨ ਡੀ ਇਜ਼ ਕਰੈਕਟ ਆਂਸਰ, ਅੱਗੇ ਚੱਲਦੇ ਹਾਂ। ਮਾਲਾਬਾਰ ਇਜ਼ ਅ ਨੇਵਲ ਐਕਸਰਸਾਈਜ਼ ਬਿਟਵੀਨ ਜਪਾਨ ਇੰਡੀਆ ਐਂਡ ਡੈਸ਼, ਮਾਲਾਬਾਰ ਇਜ਼ ਨੇਵਲ ਐਕਸਰਸਾਈਜ਼ ਬਿਟਵੀਨ ਜਪਾਨ ਇੰਡੀਆ ਐਂਡ ਹੋਰ ਕਿਹੜੇ ਦੇਸ਼ ਨਾਲ ਕਰਦਾ ਜੀ, ਮਾਲਾਬਾਰ ਐਕਸਰਸਾਈਜ਼ ਕਿਹੜੇ ਕਿਹੜੇ ਦੇਸ਼ਾਂ ਨਾਲ ਹੁੰਦੀ ਹੈ, ਪਹਿਲਾਂ ਤਾਂ ਇਹ ਕੁਸ਼ਚਨ ਪੁੱਛਿਆ ਜਾਊਗਾ, ਉਹ ਹੁੰਦੀ ਹੈ ਜਪਾਨ ਇੰਡੀਆ ਅਤੇ USA ਨਾਲ, ਕਹਿੰਦੇ ਨਾਲ ਜੀ, ਆਪਸ਼ਨ ਏ ਇਜ਼ ਕਰੈਕਟ ਆਂਸਰ, USA, ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਇਕੱਲੇ ਹੋਣ ਦਾ ਡਰ ਅਲੱਗ ਥਲੱਗ ਹੈ, ਇੰਗਲਿਸ਼ ਪੜ੍ਹਦੇ ਹਾਂ, ਫੀਅਰ ਆਫ ਬੀਂਗ ਅਲੋਨ ਇਜ਼ ਆਈਸੋਲੇਟਡ, ਠੀਕ ਹੈ ਜੀ, ਕੀ ਆਊਗਾ ਜੀ, ਇੱਕ ਇੱਕ ਤਰ੍ਹਾਂ ਦਾ ਫੋਬੀਆ ਹੁੰਦਾ ਜੀ, ਜਦੋਂ ਆਪਾਂ ਇਕੱਲੇ ਰਹਿੰਦੇ ਆਪਾਂ ਡਰ ਜਾਂਦੇ ਹਾਂਗੇ, ਠੀਕ ਹੈ ਜੀ, ਉਹ ਕਿਹੜਾ ਫੋਬੀਆ ਹੈ ਜੀ ਇਹਨਾਂ ਵਿੱਚੋਂ, ਇਹ ਹੈਗਾ ਜੀ ਆਟੋਫੋਬੀਆ, ਕਿਹੜਾ ਫੋਬੀਆ ਜੀ, ਆਟੋਫੋਬੀਆ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ, ਆਪਸ਼ਨ ਸੀ ਇਜ਼ ਕਰੈਕਟ ਆਂਸਰ, ਇਨ ਵਿਚ ਈਅਰ ਮਾਈਕਰੋਸੋਫਟ ਵਾਸ ਫਾਊਂਡ, ਮਾਈਕਰੋਸੋਫਟ ਦੀ ਸਥਾਪਨਾ ਕਿਹੜੇ ਸਾਲ ਕੀਤੀ ਗਈ ਸੀ, ਕਦੋਂ ਕੀਤੀ ਗਈ ਸੀਗੀ ਮਾਈਕਰੋਸੋਫਟ ਦੀ ਸਥਾਪਨਾ ਜੀ, ਦੱਸੋ ਜੀ ਕਦੋਂ ਕੀਤੀ ਗਈ ਸੀ ਮਾਈਕਰੋਸੋਫਟ ਦੀ ਸਥਾਪਨਾ, ਮਾਈਕਰੋਸੋਫਟ ਦੀ ਸਥਾਪਨਾ ਕੀਤੀ ਗਈ ਸੀ ਸੰਨ 1975 ਦੇ ਵਿੱਚ, ਕਦੋਂ ਕੀਤੀ ਗਈ ਸੀਗੀ, 1975 ਦੇ ਵਿੱਚ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਕੰਪਿਊਟਰ ਦੁਆਰਾ ਕੀਤੇ ਜਾਣ ਵਾਲੇ ਬੁਨਿਆਦੀ ਓਪਰੇਸ਼ਨ ਹਨ, ਦ ਬੇਸਿਕ ਓਪਰੇਸ਼ਨ ਪਰਫੋਰਮਡ ਬਾਈ ਕੰਪਿਊਟਰ ਆਰ, ਦੱਸੋ ਜੀ ਕੀ ਆਂਸਰ ਆਜੂਗਾ ਜੀ ਇਹਦਾ, ਇਹਦਾ ਆਂਸਰ ਆਜੂਗਾ ਆਪਸ਼ਨ ਸੀ ਬੋਥ ਏ ਔਰ ਬੀ, ਕੀ ਆਜੂਗੀ, ਅਰਥਮੈਟਿਕ ਓਪਰੇਸ਼ਨ ਔਰ ਸਟੋਰੇਜ ਐਂਡ ਰੈਲੇਟਿਵ, ਆਪਸ਼ਨ ਸੀ ਇਜ਼ ਕਰੈਕਟ ਆਂਸਰ ਆ ਜਾਏਗਾ ਜੀ, ਠੀਕ ਹੈ ਜੀ, ਇੱਥੇ ਗਲਤ ਹੈ ਜੀ, ਇਹ ਆਪਸ਼ਨ ਸੀ ਕਰੈਕਟ ਆਂਸਰ ਆਏਗਾ, ਆਪਸ਼ਨ ਸੀ ਕਰੈਕਟ ਆਂਸਰ, ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ, ਹਾਲ ਹੀ ਖਬਰਾਂ ਵਿੱਚ ਦੇਖਿਆ ਗਿਆ ਹੋਵੇਗਾ ਕਿ ਇਜ਼ਰਾਈਲ ਤੇ ਫਲਸਤੀਨ ਯੁੱਧ, ਠੀਕ ਹੈ ਜੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਕੌਣ ਹਨ, ਰੀਸੈਂਟਲੀ ਸੀਨ ਇਨ ਦੀ ਨਿਊਜ਼ ਇਜ਼ਰਾਈਲ ਪੈਲਸਤਾਈਨ ਵਾਰ, ਹੂ ਇਜ਼ ਦੀ ਕਰੰਟ ਪੀਐਮ ਆਫ ਇਜ਼ਰਾਈਲ, ਕੌਣ ਨੇ ਜੀ ਇਜ਼ਰਾਈਲ ਦੇ ਪੀਐਮ, ਕੌਣ ਨੇ ਜੀ ਇਜ਼ਰਾਈਲ ਦੇ ਪੀਐਮ ਨੇ ਜੀ, ਬੈਂਜਾਮਿਨ ਨੈਥੂ ਨਾਯੂ, ਕੌਣ ਹੈ ਜੀ ਬੈਂਜਾਮਿਨ ਨੈਥੂ ਨਾਯੂ, ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਪੰਕਜ ਅਡਵਾਨੀ ਹਾਲ ਹੀ ਖਬਰਾਂ ਦੇ ਵਿੱਚ ਦੇਖੇ ਗਏ ਹਨ, ਉਹ ਕਿਹੜੀ ਗੇਮ ਨਾਲ ਸੰਬੰਧਿਤ ਹਨ, ਪੰਕਜ ਅਡਵਾਨੀ ਸੀਨ ਇਨ ਨਿਊਜ਼ ਮੈਨੀ ਟਾਈਮਸ ਇਜ਼ ਰਿਲੇਟਡ ਟੂ ਵਿਚ ਸਪੋਰਟ, ਕਿਹੜੀ ਗੇਮ ਨਾਲ ਸੰਬੰਧਿਤ ਨੇ ਜੀ ਪੰਕਜ ਅਡਵਾਨੀ, ਉਹ ਹੈਗੇ ਜੀ ਬਿਲਰਸ ਨਾਲ, ਕਹਿੰਦੇ ਨਾਲ ਜੀ ਬਿਲ ਰਡਸ ਨਾਲ, ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਅਕੋਰਡਿੰਗ ਟੂ ਵਰਲਡ ਬੈਂਕ ਵਿਚ ਕੰਟਰੀ ਲੀਡਸ ਦੀ ਗਲੋਬਲ ਰੀਮੈਂਟੇਨੈਂਸ ਚਾਰਟ ਫੋਰ ਈਅਰ 2023, ਵਰਲਡ ਬੈਂਕ ਦੇ ਅਨੁਸਾਰ ਗਲੋਬਲ ਰੀਮੈਂਟੇਨੈਂਸ ਚਾਰਟ 2023 ਦੇ ਵਿੱਚ ਲੀਡ ਕਿਸਨੇ ਕੀਤਾ ਹੈ, ਕਿਸਨੇ ਕੀਤਾ ਜੀ ਇਹ ਲੀਡ ਕੀਤਾ, ਆਪਸ਼ਨ ਡੀ ਇੰਡੀਆ, ਆਪਸ਼ਨ ਡੀ ਇੰਡੀਆ, ਠੀਕ ਹੈ ਜੀ, ਕਰੈਕਟ ਆਂਸਰ ਕੀ ਆ ਜਾਏਗਾ, ਇੰਡੀਆ ਆ ਜਾਏਗਾ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ, ਗਜ਼ਾ ਪੱਟੀ ਦੇ ਨੇੜੇ ਕਿਹੜਾ ਸਮੁੰਦਰ ਹੈ, ਇੰਗਲਿਸ਼ ਪੜ੍ਹ ਲੈਂਦੇ ਹਾਂ, ਵਿਚ ਇਜ਼ ਦੀ ਫੋਲੋਇੰਗ ਸੀਸ ਇਨ ਦੀ ਨੀਅਰ ਆਫ ਦੀ ਗਜ਼ਾ ਸਟ੍ਰਿਪ, ਕਿਹੜਾ ਸਮੁੰਦਰ ਆ ਜੀ ਗਜ਼ਾ ਪੱਟੀ ਦੇ ਨੇੜੇ, ਕਿਹੜਾ ਸਮੁੰਦਰ ਆ ਜਾਏਗਾ, ਆਪਸ਼ਨ ਏ ਇਜ਼ ਕਰੈਕਟ ਆਂਸਰ, ਮੈਡੀਟੇਰੀਅਨ ਸੀ, ਮੈਡੀ
एरियन सी। अगले क्वेश्चन वाल चलते हैं जी। गोवा मुक्ति दिवस किस देश किस दिन मनाया जाता है? विच डे इज गोवा लिबरेशन डे सेलिब्रेटेड? विच डे इज गोवा लिबरेशन डे सेलिब्रेटेड कदों मनाया जाता जी? गोवा लिबरेशन डे जी ये मनाया जाता 19 दिसंबर को। ऑप्शन डी इज करेक्ट, ऑप्शन सी इज करेक्ट आंसर 19 दिसंबर। अगले क्वेश्चन वाल चलते हैं जी। विच स्टेटमेंट करेक्ट? द ट्रॉपिक ऑफ कैंसर लाइन पासिस थ्रू मध्य प्रदेश। रौड़केला स्टील प्लांट हैज बीन एस्टैब्लिश इन एसोसिएटेड विद यूएसएसआर। पहले पॉइंट का की मतलब आ जी, जिहड़ी ट्रॉपिक ऑफ कैंसर आ की उह मध्य प्रदेश विच पास हुंदी आ। दूसरा कुछ दूसरे लाइन का मतलब है कि जिहड़ा रौड़केला स्टील प्लांट आ जी उह यूएसएसआर की मदद नाल एस्टैब्लिश किया गया जी। की आंसर आएगा जी इहदा दसो, तुसीं मैनूं दसोगे इहदा आंसर की है जी? जल्दी दसो इहदा आंसर की आंसर आएगा जी, दसो दसो जी। दसो जी इहदा आंसर आ जाएगा जी ऑप्शन ए करैक्ट आंसर। वन एंड टू दोनों सही ने। जिहड़ी ट्रॉपिक ऑफ कैंसर है जी उह मध्य प्रदेश दे विच पास करदी है, ते इहदे नाल होर होर किहड़े स्टेटां विच पास करदी है जी? इह राजस्थान, राजस्थान, गुजरात, मध्य प्रदेश, छत्तीसगढ़, छत्तीसगढ़ और केड़ा जी, झारखंड और वेस्ट बंगाल और मिजोरम। मिजोरम किन्ने जिले किन्ने राज्यों विचों पास करती है जी? ये करती है जी 7 राज्यों के विचों पास करती है। जो टॉपिक ऑफ कैंसर आ जो राउरकेला स्टील प्लांट आ जी ये यूएसएसआर की मदद नाल एस्टैब्लिश किया गया सी। ठीक है जी, कदों किया गया सी? इनका आंसर की दोगे तुसीं जी? दसो जी, किसी नूं पता जी? दसो जी। दसो जल्दी जल्दी दसो इनका। दसो जी ये कदों स्टैबलिश किया गया सी? ये किया गया सी जी 1955 दे विच, 1955 दे विच। ठीक है जी, किंदी मदद नाल किया गया सी जी? यूएसएसआर की मदद नाल किया गया सी। ठीक है जी, इनकी कैपैसिटी किन्नी है जी? स्टील की कैपैसिटी किन्नी है जी? इनकी इनकी हैगी है जी 1 मिलियन टन। किन्नी कैपैसिटी है जी? 1 मिलियन टन। ठीक है जी, अगले क्वेश्चन वाल चलते हैं जी। वेयर इज द हेडक्वार्टर ऑफ एशियन डिवेलपमेंट बैंक? एशियन डिवेलपमेंट बैंक का हेडक्वार्टर कितने है? कितने है जी? दसो जी, दसो कितने है जी? यह है जी फिलीपाइंस। ऑप्शन बी इज करैक्ट आंसर। हुण तुसीं मैनूं दसोगे एशियन डिवेलपमेंट बैंक जिहड़ा एस्टैबलिश कदों होया सीगा? कदों होया सीगा जी यह एस्टैबलिश? एस्टैबलिश ईयर दसोंगे? यह होया सीगा जी 19 दिसंबर 1966 दे विच। ठीक है जी, 19 दिसंबर 1966 दे विच होया सीगा। ਠੀਕ ਹੈ ਜੀ, ਜੇ ਐਗਜ਼ੈਕਟ ਜਗ੍ਹਾ ਪੁੱਛ ਲੈਣ ਕਿੱਥੇ ਹੈ ਜੀ? ਇਹ ਮਨੀਲਾ ਦੇ ਵਿੱਚ ਹੈ ਜੀ, ਮਨੀਲਾ ਫਿਲੀਪੀਨਸ। ਠੀਕ ਹੈ ਜੀ, ਫਿਲੀਪੀਨਸ ਦੇ ਵਿੱਚ। ਓਕੇ ਜੀ, ਐਸਟੈਬਲਿਸ਼ ਕਦੋਂ ਹੋਇਆ ਸੀ? 19 ਦਸੰਬਰ 1966 ਨੂੰ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ।
ਇੰਟੀਗ੍ਰੇਟਡ ਸਰਕਟ ਆਰ ਰਿਲੇਟਡ ਵਿਚ ਜਨਰੇਸ਼ਨ ਆਫ ਕੰਪਿਊਟਰ। ਇੰਟੀਗ੍ਰੇਟਡ ਸਰਕਟ ਜਿਹੜੇ ਚਿੱਪਾਂ ਹੁੰਦੀਆਂ ਹੈਗੀਆਂ ਉਹ ਕਿਹੜੇ ਜਨਰੇਸ਼ਨ ਦੇ ਕੰਪਿਊਟਰ ਦੇ ਵਿੱਚ ਆਈਆਂ ਸਨ ਜੀ? ਉਹ ਆਈਆਂ ਸਨ ਜੀ, ਆਪਸ਼ਨ ਬੀ ਇਜ਼ ਕਰੈਕਟ ਆਨਸਰ, ਥਰਡ ਜਨਰੇਸ਼ਨ। ਕਿਹੜੀ ਜਨਰੇਸ਼ਨ ਦੇ ਵਿੱਚ ਆਈਆਂ ਸੀਗੀਆਂ? ਥਰਡ ਜਨਰੇਸ਼ਨ ਦੇ ਵਿੱਚ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਇਨ ਵਿੱਚ ਸਟੇਟ ਡਿਡ ਇੰਟਰਨੈਸ਼ਨਲ ਗੀਤਾ ਮਹਾਂ ਉਤਸਵ 2023 ਕਮੈਂਸ? ਇੰਟਰਨੈਸ਼ਨਲ ਗੀਤਾ ਮਹਾਂ ਉਤਸਵ 2023 ਕਿਹੜੀ ਸਟੇਟ ਦੇ ਵਿੱਚ ਮਨਾਇਆ ਗਿਆ ਸੀ? ਕਿਹੜੀ ਸਟੇਟ ਦੇ ਵਿੱਚ ਮਨਾਇਆ ਗਿਆ ਸੀ? ਆਪਸ਼ਨ ਬੀ ਇਜ਼ ਕਰੈਕਟ, ਆਪਸ਼ਨ ਸੀ ਇਜ਼ ਕਰੈਕਟ ਆਨਸਰ, ਹਰਿਆਣਾ। ਹਰਿਆਣਾ ਦੇ ਵਿੱਚ ਇਹ ਮਹਾਂ ਉਤਸਵ ਮਨਾਇਆ ਗਿਆ ਸੀ, ਇੰਟਰਨੈਸ਼ਨਲ ਗੀਤਾ ਮਹਾਂ ਉਤਸਵ 2023। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਗਲੋਬਲ ਐਗਰੀਮੈਂਟ ਔਨ ਸਪੈਸੀਫਿਕ ਕੰਟਰੋਲ ਸਟ੍ਰੈਟਜੀ ਡਿਊ ਟੂ ਰਿਲੀਜ਼ ਓਜ਼ੋਨ ਡਿਪਲੀਟਿੰਗ ਸਬਸਟਾਂਸ ਵਾਸ ਅਡੋਪਟਿੰਗ ਵਾਏ। ਠੀਕ ਹੈ ਜੀ, ਗਲੋਬਲ ਐਗਰੀਮੈਂਟ ਦੇ ਅਨੁਸਾਰ ਜਿਹੜੀ ਸਪੈਸੀਫਿਕ ਕੰਟਰੋਲ ਸਟ੍ਰੈਟਜੀ ਬਣਾਈ ਗਈ ਸੀਗੀ, ਉਹਨੇ ਓਜ਼ੋਨ ਲੇਅਰ ਨੂੰ ਕਿੱਥੋਂ ਤੱਕ ਡਿਪਲੀਕਟ ਕੀਤਾ ਹੈ ਜੀ? ਤੇ ਦੱਸੋ ਕਿੱਥੋਂ ਤੱਕ, ਕਿਹੜੇ ਇਹਦੇ ਕਿਹੜੇ ਪ੍ਰੋਟੋਕੋਲ ਰਾਹੀਂ ਡਿਪਲੀਕਟ ਕੀਤਾ ਜੀ? ਉਹ ਕੀਤਾ ਜੀ ਮੋਂਟਰੀਅਲ ਪ੍ਰੋਟੋਕੋਲ ਨਾਲ। ਆਪਸ਼ਨ ਏ ਇਜ਼ ਕਰੈਕਟ ਆਨਸਰ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਵਿਚ ਬਟਨ ਇਜ਼ ਇਨ MS ਐਕਸਲ ਕਲਿੱਕ ਟੂ ਕੈਲਕੂਲੇਟ ਦੀ ਸਮ ਆਫ ਸੀਰੀਜ਼ ਆਫ ਆ ਨੰਬਰਸ? ਦੱਸੋ ਜੀ ਕਿਹੜਾ ਬਟਨ ਆ ਜਿਹੜਾ MS ਐਕਸਲ ਦੇ ਨਾਲ ਕੈਲਕੂਲੇਟ ਕਰਕੇ ਸੀਰੀਜ਼ ਦੇ ਨੰਬਰ ਨੂੰ ਸਹੀ ਆਨਸਰ ਦੱਸ ਦੇਵੇਗਾ ਜੀ? ਕਿਹੜਾ ਦੱਸ ਦੇਗਾ ਜੀ? ਉਹ ਆ ਜਾਏਗਾ ਜੀ ਆਟੋ ਸਮ। ਕੀ ਦੱਸ ਦੇਗਾ ਜੀ? ਆਟੋ ਸਮ। ਮਤਲਬ ਕਿ ਮੰਨ ਲਓ ਕਿ ਜੇ ਆਪਾਂ ਇੱਦਾਂ ਕਰਕੇ ਇਹਦੇ ਵਿੱਚ ਕੋਈ ਵੀ ਲਿਖੇ ਨੇ ਡਿਜਿਟ ਲਿਖੇ ਨੇ 5, 6, 7, 8, 9, ਇਹਦਾ ਆਪਾਂ ਟੋਟਲ ਲਾਉਣਾ ਜੀ। ਇਸ ਆਪਾਂ ਕੀ ਕਰਾਂਗੇ, ਇਹਨੂੰ ਸਿਲੈਕਟ ਕਰਾਂਗੇ, ਇੱਕ ਇੱਕ ਸਾਈਡ ਤੇ ਇੱਦਾਂ ਦੇ ਨਿਸ਼ਾਨ ਬਣਿਆ ਹੁੰਦਾ, ਜੈਡ ਜੇ ਟਾਈਪ ਦਾ ਨਿਸ਼ਾਨ ਬਣਿਆ ਹੁੰਦਾ ਇੱਦਾਂ ਕਰਕੇ। ਉਹਦੇ ਤੇ ਜਦੋਂ ਆਪਾਂ ਕਲਿੱਕ ਕਰ ਦਿਆਂਗੇ ਉਹਦੇ ਤੇ ਇਹ ਸਾਰਾ ਆਟੋ ਸਮ ਹੋ ਜਾਂਦਾ, ਉਹਦਾ ਟੋਟਲ ਆਨਸਰ ਆ ਜਾਂਦਾ। ਅੱਜ ਦੀ ਕਲਾਸ ਲਈ ਆਪਾਂ ਇੰਨੇ ਹੀ ਰੱਖਦੇ ਹਾਂ ਜੀ। ਹਰੇਕ ਕਲਾਸ ਦੇ ਵਿੱਚ ਆਪਣੇ 25 ਤੋਂ 30 ਕੁਸ਼ਚਨ ਹੋਇਆ ਕਰਨਗੇ ਜੀ, ਠੀਕ ਹੈ? ਇਹ ਕਲਾਸ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈਗੀ। ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵਿਕਟਰੀ ਵੇ ਪੰਜਾਬ ਚੈਨਲ 'ਤੇ ਜੁੜ ਸਕਦੇ ਹੋ, ਠੀਕ ਹੈ ਜੀ? ਇਸ ਕਲਾਸ ਦੀ PDF ਤੁਹਾਨੂੰ ਵਿਕਟਰੀ ਵੇ ਪੰਜਾਬ PDF ਚੈਨਲ 'ਤੇ ਮਿਲ ਜਾਏਗੀ, ਠੀਕ ਹੈ ਜੀ? ਇਸ ਦੇ ਨਾਲ ਹੀ ਜੇਕਰ ਤੁਸੀਂ ਕਲਾਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕਰਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਅਤੇ ਆਪਣੇ ਸੱਜਣ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸ ਦਿਓ ਕਿ ਉੱਥੇ ਬਹੁਤ ਵਧੀਆ ਕੰਟੈਂਟ ਦੇ ਵਿੱਚ ਪੜ੍ਹਾਇਆ ਜਾਂਦਾ ਅਤੇ ਸਾਰਾ ਡਿਸਕ੍ਰਾਈਬ ਦੇ ਵਿੱਚ ਕਰਾਇਆ ਜਾਂਦਾ, ਠੀਕ ਹੈ ਜੀ? ਜੇਕਰ ਤੁਸੀਂ ਅਗਲੀ ਕਲਾਸ ਨੂੰ ਡਿਸਕ੍ਰਾਈਬ ਦੇ ਵਿੱਚ ਚਾਹੁੰਦੇ ਹੋ ਕਿ ਹਰੇਕ ਕੁਸ਼ਚਨ ਦੀ ਡਿਟੇਲ ਕਰਾਈ ਜਾਵੇ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਹਰੇਕ ਕੁਸ਼ਚਨ ਨੂੰ ਡਿਟੇਲ ਦੇ ਵਿੱਚ ਕਰਾ ਦਿਓ, ਠੀਕ ਹੈ ਜੀ? ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਜਾ ਕੇ ਲਾਈਕ ਸਬਸਕ੍ਰਾਈਬ ਕਰ ਦਿਓ, ਠੀਕ ਹੈ ਜੀ? ਇਸ ਦੇ ਨਾਲ ਹੀ ਅਸੀਂ ਜਲਦ ਹੀ ਪੰਜਾਬ ਪੁਲਿਸ ਕਾਂਸਟੇਬਲ ਦਾ ਸਪੈਸ਼ਲ ਬੈਚ ਸ਼ੁਰੂ ਕਰਨ ਜਾ ਰਹੇ ਹਾਂ 3 ਅਪ੍ਰੈਲ 2024 ਨੂੰ। ਇਸ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਨੇੜੇ ਪੰਜਾਬ ਨੈਸ਼ਨਲ ਬੈਂਕ ਬੱਸ ਸਟੈਂਡ ਮੇਨ ਬ੍ਰਾਂਚ ਫਰੀਦਕੋਟ, ਠੀਕ ਹੈ ਜੀ? ਇਸ ਦੀ ਸਿਰਫ ਪੰਜਾਬ ਪੁਲਿਸ ਦੀ ਮਾਤਰ ਫੀਸ ਰਹੇਗੀ 7000 ਓਨਲੀ, ਠੀਕ ਹੈ ਜੀ? ਵੱਧ ਤੋਂ ਵੱਧ ਆਪਣੇ ਸੱਜਣ ਦੋਸਤਾਂ ਮਿੱਤਰਾਂ ਨੂੰ ਇਸ ਕਲਾਸ ਨੂੰ ਸ਼ੇਅਰ ਕਰੋ ਤਾਂ ਜੋ ਕਿ ਉਹਨਾਂ ਨੂੰ ਸਕਸੈਸ ਮਿਲ ਸਕੇ, ਠੀਕ ਹੈ ਜੀ? ਧੰਨਵਾਦ, ਥੈਂਕ ਯੂ।